ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਸੁਖਦੀਪ ਕਾਰ ਸੰਧੂ ਲੈ ਕੇ ਹਾਜ਼ਰ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਸਤਿ ਸ਼੍ਰੀ ਅਕਾਲ ਮੈਂ ਹਾਂ ਸੰਜੀਵ ਯਸ਼ਕਰਨਾ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਸੁਖਦੀਪ ਸਭ ਤੋਂ ਪਹਿਲਾਂ ਤਾਂ ਆਪਾਂ ਅਮਰੀਕਾ ਦੀ ਖਬਰ ਲਵਾਂਗੇ ਕਿ ਅਮਰੀਕਾ ਨੇ ਪਾਬੰਦੀਆਂ ਹਟਾ ਦਿੱਤੀਆਂ ਨੇ ਉਹਨਾਂ ਦੇਸ਼ਾਂ ਤੋਂ ਭਾਰਤ ਸਮੇਤ ਉਹਨਾਂ ਦੇਸ਼ਾਂ ਤੋਂ ਜਿਨ੍ਹਾਂ ਨੇ ਕਰੋਨਾ ਵੈਕਸੀਨ ਦਾ ਟੀਕਾਕਰਨ ਪੂਰੀ ਜ਼ੋਰ ਸ਼ੋਰ ਨਾਲ ਕੀਤਾ ਹੈ ਔਰ ਆਪਣੇ ਨਾਗਰਿਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਹੈ ਜਿੰਨਾ ਨਾਗਰਿਕਾਂ ਦਾ ਇਹ ਟੀਕਾਕਰਨ ਪੂਰੀ ਤਰ੍ਹਾਂ ਹੋ ਚੁੱਕਿਆ ਹੈ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਨੇ ਉਹਨਾਂ ਨੂੰ ਅਮਰੀਕਾ ਆਨ ਦੀ ਛੂਟ ਦਿੱਤੀ ਜਾ ਰਹੀ ਹੈ ਤੇ ਉਹ ਵੀ ਜਾ ਸਕਦੇ ਨੇ ਅਮਰੀਕਾ ਜਿਨ੍ਹਾਂ ਨੇ ਆਪਣਾ 네ਗੇਟਿਵ ਰਿਪੋਰਟ ਜਿਹੜੀ ਦਿਖਾ ਲਈ ਹੈ ਭਾਵੇਂ ਛੋਟੇ ਬੱਚੇ ਨੇ ਨਾਬਾਲਗ ਜਿਹੜੇ ਨੇ ਉਹਨਾਂ ਨੂੰ ਵੀ ਆਪਣਾ ਟੀਕਾਕਰਨ ਕਰਵਾਉਣਾ ਹੋਏਗਾ ਅਗਰ ਟੀਕਾਕਰਨ ਨਹੀਂ ਹੋਇਆ ਤਾਂ 네ਗੇਟਿਵ ਰਿਪੋਰਟ ਦਿਖਾਉਣੀ ਵੀ ਲਾਜ਼ਮੀ ਹੋਏਗੀ ਤਾਂ ਹੀ ਉਹ ਜਾਜ ਦੇ ਵਿੱਚ ਬੈਠ ਸਕਦੇ ਨੇ ਬਿਲਕੁਲ ਜੀ ਕਿਉਂਕਿ ਫਲਾਈਟ ਤੋਂ ਪਹਿਲਾਂ ਤੁਹਾਨੂੰ 네ਗੇਟਿਵ ਰਿਪੋਰਟ ਸਬਮਿਟ ਕਰਨੀ ਪਵੇਗੀ ਤੇ ਜਿਹੜੇ ਪੈਸੇਂਜਰ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਅਮਰੀਕਾ ਆਣ ਦੀ ਇਜਾਜ਼ਤ ਨਹੀਂ ਮਿਲੇਗੀ ਜੇ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਵਨ ਜੇ ਨਹੀਂ ਰਹਿਣਾ ਚਾਹੁੰਦੇ ਕਿ ਤੁਸੀਂ ਅਮਰੀਕਾ ਪੁੱਜ ਜਾਓ ਤਾਂ ਉਸ ਦੇ ਵਾਸਤੇ ਤੁਹਾਨੂੰ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ਜੇ ਤੁਸੀਂ ਦੋਨੇ ਟੀਕਾ ਕਰਨ ਲਗਵਾ ਲੈਨੇ ਤਾਂ ਵੀ ਤੁਹਾਨੂੰ ਨੈਗੇਟਿਵ ਰਿਪੋਰਟ ਦਿਖਾਉਣੀ ਤਾਂ ਲਾਜ਼ਮੀ ਹੈ ਬਿਲਕੁਲ ਜੀ ਨਬਾਲਿਕ ਵੀ ਜ਼ਰੂਰੀ ਨਹੀਂ ਕਿ ਉਹਨਾਂ ਦਾ ਵੀ ਟੀਕਾਕਰਨ ਹੋਇਆ ਹੋਵੇ ਤੇ ਉਹਨਾਂ ਦਾ ਵੀ ਕਰੋਨਾ ਟੈਸਟ ਹੋਏਗਾ ਫਲਾਈਟ ਤੋਂ ਪਹਿਲਾਂ ਜੇ ਟੀਕਾਕਰਨ ਨਹੀਂ ਹੋਇਆ ਹੋਇਆ ਤਾਂ ਵੀ ਉਹਨਾਂ ਨੂੰ ਵੀ ਨੈਗੇਟਿਵ ਰਿਪੋਰਟ ਦਿਖਾਉਣੀ ਪੈਗੀ ਜੇ ਨਾਬਾਲਕ ਨੇ ਸੋ ਪੂਰੀ ਤਰ੍ਹਾਂ ਨਾਲ ਗਵਰਨਮੈਂਟ ਤਿਆਰ ਹੈ ਤਾਂ ਤੁਹਾਨੂੰ ਵੀ ਪੂਰੀ ਤਰ੍ਹਾਂ ਤਿਆਰ ਹੋਣਾ ਪਏਗਾ ਤਾਂ ਹੀ ਤੁਹਾਡੀ ਯਾਤਰਾ ਅਮਰੀਕਾ ਵਿੱਚ ਬ੍ਰਿਟੇਨ ਜਿਹੜਾ ਪਹਿਲਾ ਦੇਸ਼ ਬਣ ਗਿਆ ਜਿਸ ਨੇ ਮਰਕ ਕੰਪਨੀ ਦੀ ਦਵਾਈ ਜਿਹੜੀ ਹੈ ਐਂਟੀਵਾਇਰਸ ਦਵਾਈ ਜਿਹੜੀ ਹੈ ਉਹ ਉਹਨੂੰ ਮਨਜ਼ੂਰੀ ਦੇ ਦਿੱਤੀ ਹੈ ਉਹਨਾਂ ਨੇ ਕਹਿ ਦਿੱਤਾ ਕਿ ਇਹ ਦਵਾਈ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਪੋਜ਼ਿਟਿਵ ਰਿਪੋਰਟ ਤੁਹਾਡੀ ਆ ਗਈ ਹੈ ਤਾਂ ਤੁਸੀਂ ਇਹ ਦਵਾਈ ਲੈ ਸਕਦੇ ਹੋ ਔਰ ਇਹ ਦਵਾਈ ਖਾ ਕੇ ਤੁਸੀਂ ਜਲਦ ਠੀਕ ਹੋ ਜਾਓਗੇ बिल्कुल सही गल है और तीह नवंबर तो मीटिंग होने जा रही है जो एंटी करोना ने मेडिसिन तैयार की है जी जो थोड़ा पॉजिटिव रिजल्ट है या किसी तरह की कोई इन्फेक्शन है तो दवाई लेना ਸ਼ੁਰੂ ਕਰ ਸਕਦੇ ਹੋ ਤੇ ਤੁਹਾਨੂੰ ਉਹ ਨਤੀਜੇ ਮਿਲਣਗੇ ਜੋ ਨਤੀਜੇ ਤੁਹਾਨੂੰ ਚਾਹੀਦੇ ਨੇ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਇਸ ਤਰ੍ਹਾਂ ਦੀ ਦਵਾਈ ਬਣਾ ਰਹੀਆਂ ਨੇ ਤੇ ਮਰਕ ਕੰਪਨੀ ਨੇ ਜੋ ਇਹ ਦਵਾਈ ਬਣਾਈ ਹੈ ਉਹ ਵੀ ਇਸ ਦੌਰ ਵਿੱਚ ਸ਼ਾਮਿਲ ਹੈ ਕਿਉਂਕਿ ਮਾਰਕੀਟ ਹੈ ਜੋ ਇਹ ਮਾਰਕੀਟ ਹੈ ਮੈਡੀਸਨਸ ਦੀ ਉਹਦੇ ਵਿੱਚ ਹਰ ਪ੍ਰਯੋਗ ਆਪਣਾ ਇੱਕ ਖਾਸ ਥਾਂ ਰੱਖਦਾ ਹੈ ਤੇ ਕਿਸ ਨੂੰ ਕਾਮਯਾਬੀ ਮਿਲਦੀ ਹੈ ਇਹ ਆਉਣ ਵਾਲਾ ਵਕਤ ਹੀ ਦੱਸਦਾ ਹੁੰਦਾ ਹੈ ਹਮੇਸ਼ਾ ਲੋਕ ਕਿਸ ਚੀਜ਼ ਨੂੰ ਜ਼ਿਆਦਾ ਐਪਰੂਵ ਕਰ ਦਿੰਦੇ ਨੇ ਤਾਂ ਕਿਹੜੀਆਂ ਕੰਪਨੀਆਂ ਨੂੰ ਜ਼ਿਆਦਾ ਐਪਰੂਵਲ ਮਿਲਦਾ ਹੈ ਗਵਰਨਮੈਂਟ ਦੀਆਂ ਉਹਨਾਂ ਏਜੰਸੀਆਂ ਵੱਲੋਂ ਉਹਨਾਂ ਮੈਡੀਕਲ ਏਜੰਸੀਆਂ ਵੱਲੋਂ ਜੋ ਪ੍ਰਯੋਗਸ਼ਾਲ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕਿਸ ਚੀਜ਼ ਨੂੰ ਮਨਤਾ ਜ਼ਿਆਦਾ ਜਲਦੀ ਮਿਲਦੀ ਹੈ ਮਹੀਨੇ ਵੀ ਲੱਗ ਸਕਦੇ ਨੇ ਹਫਤੇ ਵੀ ਲੱਗ ਸਕਦੇ ਨੇ ਸੋ ਉਸ ਤੋਂ ਬਾਅਦ ਇਹ ਦਵਾਈ ਜੋ ਹੈ ਮਾਰਕੀਟ ਵਿੱਚ ਲਾਂਚ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਸ ਨੂੰ ਦਿੱਤਾ ਜਾਂਦਾ ਹੈ ਸੋ ਮਰਕ ਕੰਪਨੀ ਦੀ ਜੋ ਇਹ ਦਵਾਈ ਹੈ ਇਸ ਨੂੰ ਮਨਤਾ ਮਿਲੀ ਹੈ ਬ੍ਰਿਟੇਨ ਵੱਲੋਂ ਤਾਂ ਹੁਣ ਬਾਕੀ ਦੇਸ਼ਾਂ ਤੋਂ ਵੀ ਇਸ ਨੂੰ ਮਨਤਾ ਮਿਲੇ ਇਸ ਕੋਸ਼ਿਸ਼ ਵਿੱਚ ਮਰਕ ਕੰਪਨੀ ਇਸ ਦੌੜ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੈ ਪਰ ਮੈਨੂੰ ਲੱਗਦਾ ਹੈ ਕਿ ਬ੍ਰਿਟੇਨ ਨੇ ਜਿਹੜਾ ਪਹਿਲਾ ਸਥਾਨ ਹਾਸਲ ਕਰ ਲਿਆ ਉਹਨੂੰ ਦੇਖਦੇ-ਦੇਖਦੇ ਬਾਕੀ ਸਾਰੇ ਦੇਸ਼ ਵੀ ਇਸ ਨੂੰ ਮਾਨਤਾ ਦੇਣੀ ਸ਼ੁਰੂ ਕਰ ਦੇਣਗੇ ਕਿਉਂਕਿ ਇਹ ਕੰਪਨੀ ਜਿਹੜੀ ਹੈ ਉਹ ਦੁਬਈ ਉਹਨਾਂ ਨੇ ਇਹ ਦੱਸਿਆ ਹੈ ਕਿ ਦਵਾਈ ਖਾਣ ਦੇ ਨਾਲ ਤੁਸੀਂ ਜੇ ਪੋਜ਼ਿਟਿਵ ਹੁੰਦੇ ਹੋ ਤਾਂ ਤੁਸੀਂ ਆਪਣਾ ਇਲਾਜ ਜਿਹੜਾ ਹੈ ਕਰ ਬੈਠੇ ਕਰ ਸਕਦੇ ਹੋ ਬਿਲਕੁਲ ਕਈ ਫੈਸਿਲਿਟੀਆਂ ਵੀ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਨੇ ਕੁੱਲ ਮਿਲਾ ਕੇ ਆਉਣ ਵਾਲਾ ਵਕਤ ਦੱਸੇਗਾ ਕਿ ਮਰਕ ਕੰਪਨੀ ਦੀ ਇਹ ਦਵਾਈ ਮਾਰਕੀਟ ਵਿੱਚ ਕਿੱਥੇ ਖੜੀ ਹੁੰਦੀ ਹੈ ਜੀ ਨਿਊਯਾਰਕ ਪੁਲਿਸ ਤੇ ਜੋ ਅੱਗ ਬੁਝਾਉਣ ਵਾਲਾ ਵਿਭਾਗ ਹੈ ਇਹਨਾਂ ਦੋਨਾਂ ਵਿਭਾਗਾਂ ਦੀ ਹਜੇ ਮਨਜ਼ੂਰੀ ਨਹੀਂ ਬਣੀ ਹੈ ਟੀਕਾ ਕਰਨ ਦੇ ਵਾਸਤੇ ਜੋ ਕੋਵਿਡ-19 ਦਾ ਟਿਕਾ ਕਰਨ ਹੋ ਰਿਹਾ ਹੈ ਹਾਲਾਂਕਿ ਮੀਟਿੰਗਸ ਜਾਰੀ ਨੇ। ਔਰ ਬਾਕੀ ਦੀਆਂ ਜਿਹੜੀਆਂ ਵੀ ਯੂਨੀయన్స్ ਬੈਠੀਆਂ ਨੇ ਉਹਨਾਂ ਨਾਲ ਸਹਿਮਤੀ ਬਣ ਚੁੱਕੀ ਹੈ ਤੇ ਬਕਾਇਦਾ ਉਹਨਾਂ ਨੇ ਡਾਕੂਮੈਂਟਸ ਦੇ ਉੱਤੇ ਸਾਈਨ ਵੀ ਕਰ ਦਿੱਤੇ ਨੇ। ਬਿਲਕੁਲ ਇਹਨਾਂ ਨੂੰ ਛੱਡ ਕੇ ਯਾਨੀ ਕਿ ਅੱਗ ਬੁਝਾਓ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਛੱਡ ਕੇ ਜਾਂ ਫਿਰ ਪੁਲਿਸ ਡਿਪਾਰਟਮੈਂਟ ਜਿਹੜਾ ਹੈ ਉਹਨਾਂ ਨੂੰ ਛੱਡ ਕੇ ਵੀ ਯੂਨੀਅਨਾਂ ਨੇ ਆਪਣੀ ਜਿਹੜੀ ਸਹਿਮਤੀ ਉਹ ਪ੍ਰਗਟਾ ਦਿੱਤੀ ਹੈ ਤੇ ਉਹਨਾਂ ਨੇ ਦਸਤਖਤ ਵੀ ਕਰ ਦਿੱਤੇ ਨੇ। ਸੋ ਉਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਅਸੀਂ ਟਿਕਾ ਕਰਨ ਜ਼ਰੂਰ ਕਰਵਾਵਾਂਗੇ ਪਰ ਦੂਜੇ ਅਸੀਂ ਗੱਲ ਕੀਤੀ ਹੈ ਉਹਨਾਂ ਨੇ ਆਪਣੀ ਹਜੇ ਸਹਿਮਤੀ ਨਹੀਂ ਦਿੱਤੀ ਪਰ ਮੀਟਿੰਗਸ ਚੱਲ ਰਹੀਆਂ ਨੇ ਹੋ ਸਕਦਾ ਉਹ ਵੀ ਸਹਿਮਤੀ ਦੇ ਦੇਣ ਕਿਉਂਕਿ ਠੀਗਾਕਰਨ ਕਰਵਾਉਣਾ ਸਬਦੇ ਲਈ ਲਾਜ਼ਮੀ ਹੋਏਗਾ ਬਿਲਕੁਲ ਜੀ ਉਹ ਸਹਿਮਤੀ ਜ਼ਰੂਰ ਦੇਣਗੇ ਹਮੇਸ਼ਾ ਕੁਝ ਨਾ ਕੁਝ ਸ਼ਰਤਾਂ ਹੁੰਦੀਆਂ ਨੇ ਕੁਝ ਕੁ ਹਦਾਇਤਾਂ ਹੁੰਦੀਆਂ ਨੇ ਜਿਸ ਦੇ ਮੁਤਾਬਿਕ ਕੋਈ ਵੀ ਡਿਪਾਰਟਮੈਂਟ ਕੰਮ ਕਰਦਾ ਹੈ ਕਿਉਂਕਿ ਪੁਲਿਸ ਦੀਆਂ ਆਪਣੀਆਂ ਮਜਬੂਰੀਆਂ ਨੇ ਜਾਂ ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਜੋ ਫਾਇਰ ਫਾਈਟਰਸ ਨੇ ਉਹਨਾਂ ਦੀਆਂ ਆਪਣੀਆਂ ਜ਼ਰੂਰਤਾਂ ਨੇ ਉਸ ਦੇ ਮੁਤਾਬਿਕ ਹੀ ਇੱਕ ਸਹਿਮਤੀ ਬਣਦੀ ਹੈ ਤਾ ਜਾ ਕੇ ਇੱਕ ਟਿਕਾ ਕਰਨ ਵਾਸਤੇ ਜੋ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਉਹ ਵੀ ਸ਼ਾਮਿਲ ਹੋ ਸਕਦੇ ਨੇ ਉਹ ਵੀ ਟਿਕਾ ਕਰਨ ਕਰਵਾਉਣਗੇ ਵੈਸੇ ਦੇਰ ਆਏ ਦਰੁਸਤ ਆਏ ਜਾਂ ਦੇਰ ਸਵੇਰ ਹਰੇਕ ਨੂੰ ਆਉਣਾ ਹੀ ਤਾਂ ਪੈਣਾ ਹੀ ਹੈ ਕਿਉਂਕਿ ਪੂਰੀ ਦੁਨੀਆ ਦੇ ਵਾਸਤੇ ਇਹ ਚੀਜ਼ ਜ਼ਰੂਰੀ ਹੋ ਚੁੱਕੀ ਹੈ ਕਿ ਟਿਕਾ ਕਰਨ ਤੋਂ ਬਾਅਦ ਹੀ ਅਸੀਂ ਵੀ ਸੇਫ ਹਾਂ ਤੇ ਸੰਦੇ ਨਾਲ ਜੋ ਮੇਲ ਜੋ ਰੱਖਦੇ ਨੇ ਉਹ ਵੀ ਸੇਫ ਨੇ ਸਾਡਾ ਪਰਿਵਾਰ ਵੀ ਸੇਫ ਹੈ ਸੋ ਇਹਨਾਂ ਵੀ ਯੂਨੀਅਨਾਂ ਦੇ ਵਿੱਚ ਜੇ ਅਸੀਂ ਮੈਂਬਰਾਂ ਦੀ ਗੱਲ ਕਰੀਏ ਤਾਂ ਲਗਭਗ 96000 ਮੈਂਬਰ ਜਿਹੜੇ ਨੇ ਉਹ ਸ਼ਾਮਿਲ ਨੇ ਜੇ 96000 ਮੈਂਬਰ ਜਿਹੜੇ ਨੇ ਟੀਕਾ ਲਗਵਾ ਲੈਂਦੇ ਨੇ ਬਹੁਤ ਜਣਿਆਂ ਦਾ ਬਚਾਅ ਹੋਏਗਾ ਤੇ ਉਹਨਾਂ ਦਾ ਖੁਦ ਦਾ ਵੀ ਬਚਾਅ ਹੋਏਗਾ ਬਿਲਕੁਲ ਬਹੁਤ ਸਾਰੀਆਂ ਕੰਪਨੀਆਂ ਆਪਣੇ ਦਾਅਵੇ ਕਰ ਰਹੀਆਂ ਨੇ ਕਿ ਜਿਹੜੀ ਦਵਾਈਆਂ ਆ ਰਹੀਆਂ ਨੇ ਉਹ ਕੋਵਿਡ ਨੂੰ ਕਿਤੇ ਨਾ ਕਿਤੇ ਠੱਲ ਪਾਉਣਗੀਆਂ ਕਿਤੇ ਨਾ ਕਿਤੇ ਸਾਨੂੰ ਰਾਹਤ ਮਿਲੇਗੀ ਕੋਵਿਡ ਤੋਂ ਯਾਨੀ ਕਿ ਅਸੀਂ ਬਚਾਅ ਆਪਣਾ ਕਰ ਸਕਦੇ ਹਾਂ ਹੁਣ ਫਾਈਜ਼ਰ ਨੇ ਵੀ ਇੱਕ ਦਾਅਵਾ ਕਰ ਦਿੱਤਾ ਫਾਈਜ਼ਰ ਨੇ ਵੀ ਕਹਿ ਦਿੱਤਾ ਹੈ ਕਿ ਇੱਕ ਗੋਲੀ ਆ ਰਹੀ ਹੈ ਜਿਹੜੀ 90% ਜੋਖਮ ਨੂੰ ਘਟਾਏਗੀ ਜ਼ਰੂਰ ਬਿਲਕੁਲ ਜੀ ਔਰ 90% ਜੋ ਜੋਖਮ ਹੈ ਮੌਤ ਦਾ ਉਸ ਨੂੰ ਘਟਾਏਗੀ ਸੋ ਇਸ ਦੇ ਨਾਲ ਕੀ ਹੈ ਕਿ ਇਹ ਗੋਲੀ ਘਰ ਦੇ ਵਿੱਚ ਬੈਠਿਆਂ ਹੀ ਲਈ ਜਾ ਸਕਦੀ ਹੈ ਜਿਸ ਨਾਲ ਡਾਕਟਰਾਂ ਉਤੇ ਬੋਝ ਘਟੇਗਾ ਜਿਸ ਦੇ ਨਾਲ ਹਸਪਤਾਲਾਂ ਉਤੇ ਬੋਝ ਘਟੇਗਾ ਪਰ ਇਹ ਦਵਾਈ ਇੰਨੀ ਕਾਰਗਰ ਹੈ ਜਾਂ ਨਹੀਂ ਹੈ ਇਸ ਦੇ ਪ੍ਰਯੋਗ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਵੱਖ-ਵੱਖ ਕੰਪਨੀਆਂ ਦਵਾਈ ਬਣਾ ਰਹੀਆਂ ਨੇ ਜਦੋਂ ਤੋਂ ਕੋਵਿਡ-19 ਦੀ ਮਾਰ ਪਈ ਹੈ ਪੂਰੀ ਮਾਨਵਜਾਤੀ ਨੂੰ ਤਾਂ ਹਰ ਇੱਕ ਕੰਪਨੀ ਇਸ ਟੈਸਟ ਦੇ ਵਿੱਚ ਸ਼ਾਮਿਲ ਹੈ ਤਾਂ ਉਸੇ ਤਰ੍ਹਾਂ ਹੀ ਫਾਈਜ਼ਰ ਕੰਪਨੀ ਵੀ ਬਹੁਤ ਵਧੀਆ ਦਵਾਈਆਂ ਬਣਾ ਰਹੀ ਹੈ ਉਸ ਦੀ ਇੱਕ ਨਵੀਂ ਗੋਲੀ ਹੈ ਜਿਸ ਨੂੰ ਲੈ ਕੇ ਉਹ ਦਾਅਵਾ ਕਰਦੀ ਹੈ ਕਿ 90% ਮੌਤ ਦੇ ਖਤਰੇ ਨੂੰ ਟਾਲ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਵੀ ਆਪਣੀ ਜੇ ਗੱਲ ਕਰ ਲਈਏ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਨਵੀਂ ਗੋਲੀ ਆਏ ਤਾਂ ਉਹਨੂੰ ਅਸੀਂ ਲੈਣਾ ਹੋਏ ਜਾਂ ਉਹਦਾ ਸੀ ਸੇਵਨ ਕਰਨਾ ਹੋਏ ਸੀ 100 ਵਾਰ ਸੋਚਦੇ ਹਾਂ ਕਿ ਗੋਲੀ ਲੈ ਲਈਏ ਕਿਤੇ ਖਤਰਨਾਕ ਤਾਂ ਨਹੀਂ ਹੋਏਗੀ ਪਰ ਕਿਤੇ ਨਾ ਕਿਤੇ ਜੇ ਉਹ ਗੋਲੀ ਕਿਸੇ ਨੂੰ ਪਹਿਲੀ ਵਾਰ ਤਾਂ ਲੈਣੀ ਪਏਗੀ ਤਾਂ ਹੀ ਪਤਾ ਚੱਲੇਗਾ ਕਿ ਗੋਲੀ ਕਿੰਨੀ ਕੁ ਕਾਰਗਰ ਹੈ ਬਿਲਕੁਲ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਕਿ ਇਹ ਮਾਰਕੀਟ ਹੈ ਬਹੁਤ ਵੱਡੀ ਮਾਰਕੀਟ ਹੈ ਜੋ ਮੈਡੀਸਿਨਸ ਦੀ ਹੈ ਤਾਂ ਹਰ ਕੰਪਨੀ ਮਾਰਕETING ਵੀ ਕਰਦੀ ਹੈ ਨਾਲ ਦੇ ਨਾਲ ਆਪਣੀ ਪਬਲਿਸਿਟੀ ਪਪੂਲਰਿਟੀ ਵਾਸਤੇ ਵੀ ਕੰਮ ਕਰਦੀ ਹੈ ਉਹਦੇ ਵਾਸਤੇ ਬਹੁਤ ਸਾਰਾ ਬਜਟ ਵੀ ਖਰਚਿਆ ਜਾਂਦਾ ਹੈ ਤਾਂ ਉਹਦੇ ਬਦਲੇ ਚ ਇਨਕਮ ਤਾਂ ਜਨਰੇਟ ਕਰਨੀ ਹੀ ਹੈ ਬਿਜ਼ਨਸ ਹੈ ਸੋ ਇਹ ਚੀਜ਼ਾਂ ਵੀ ਧਿਆਨ ਚ ਰੱਖਣ ਵਾਸਤੇ ਜ਼ਰੂਰੀ ਨੇ ਤਾਂ ਅਸੀਂ ਡਿਪੈਂਡ ਕਰਦੇ ਹਾਂ ਕਿ ਡਾਕਟਰਾਂ ਦੀ ਰਾਏ ਕੀ ਹੈ ਮਾਹਿਰਾਂ ਦੀ ਰਾਏ ਕੀ ਹੈ ਤਾਂ ਜਿਹੜੀਆਂ ਗਵਰਨਮੈਂਟ ਵੱਲੋਂ ਡਰੱਗ ਕੰਪਨੀਆਂ ਬਣੀਆਂ ਹੋਈਆਂ ਨੇ ਜਿੱਥੇ ਲੈਬੋਰੇਟਰੀਜ਼ ਜਾ ਕੇ ਸਭ ਕੁਝ ਟੈਸਟ ਹੁੰਦਾ ਹੈ ਬਿਲਕੁਲ ਉੱਥੇ ਪ੍ਰਯੋਗ ਦੇ ਬਾਅਦ ਇਹ ਜੋ ਦਾਅਵੇ ਨੇ ਕਿੰਨੇ ਸੱਚ ਸਾਬਿਤ ਹੁੰਦੇ ਨੇ ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਡਿਪੈਂਡ ਕਰਨੇ ਕਿ ਰਿਪੋਰਟਸ ਕੀ ਹੁੰਦੀਆਂ ਨੇ ਪਰ ਜੇ ਐਸੀ ਦਵਾਈ ਹੈ ਤਾਂ ਬਹੁਤ ਵਧੀਆ ਹੈ ਬਿਲਕੁਲ ਗਲਾਸਕੋ ਦੇ ਵਿੱਚ ਸੰਯੁਕਤ ਰਾਸ਼ਟਰ ਦਾ ਕਾਪ 26 ਜਲਵਾਯੂ ਸੰਮੇਲਨ ਜੋ ਚੱਲ ਰਿਹਾ ਹੈ ਸੋ ਬਾਈਡਨ ਬਿਲਕੁਲ ਨਿਰਾਸ਼ ਨਜ਼ਰ ਆ ਰਹੇ ਨੇ ਕਿਉਂਕਿ ਰੂਸ ਤੇ ਚੀਨ ਦੇ ਜੋ ਰਾਸ਼ਟਰਪਤੀ ਨੇ ਉੱਥੇ ਨਹੀਂ ਪਹੁੰਚ पाए ਉਹਨਾਂ ਦੀ ਗੈਰ ਮੌਜੂਦਗੀ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਸਾਹਿਬ ਉਹਨਾਂ ਦੇ ਕਿਤੇ ਨਾ ਕਿਤੇ ਨਿਰਾਜਗੀ ਜੜੀ ਹੈ ਉਹਨਾਂ ਦੇ ਦੋਨਾਂ ਦੇ ਪ੍ਰਤੀ ਦਿਖ ਰਹੀ ਹੈ बिल्कुल जी 120 दे करीब देश ने जो इस सम्मेलन में शामिल ने हालांकि रूस से चीन ने अपने प्रतिनिधि अपने रिप्रेजेंटेटिव भी भेजे पर बाइडेन साहब की नाराजगी भी जरूरी है क्यों क्योंकि एक बहुत ही इंपॉर्टेंट मैटर है जलवायु सारे देशानल सारे दुनिया नाल जुड़ा हुआ मसला है जी ਇੱਕ ਚੀਨ ਤੇ ਰੂਸ ਵੀ ਸ਼ਾਮਿਲ ਨੇ ਜੋ ਕਾਰਬਨ ਪੈਦਾ ਕਰਦੇ ਨੇ ਜਲਵਾਯੂ ਦੇ ਵਿੱਚ ਕਿਉਂਕਿ ਉਹਨਾਂ ਦੀ ਵੀ ਇੰਡਸਟਰੀ ਹੈ ਹਾਲਾਂਕਿ ਭਾਰਤ ਵੀ ਹੈ ਉਹਦੇ ਵਿੱਚ ਜੋ ਕਾਰਬਨ ਪੈਦਾ ਕਰਦਾ ਹੈ ਹਰ ਦੇਸ਼ ਕਾਰਬਨ ਪੈਦਾ ਕਰਦਾ ਹੈ ਕੋਈ ਵੀ ਦੇਸ਼ ਐਸਾ ਨਹੀਂ ਹੈ ਜੋ ਕਾਰਬਨ ਪੈਦਾ ਨਹੀਂ ਕਰਦਾ ਕਿਉਂਕਿ ਇੰਡਸਟਰੀਜ਼ ਹੈ ਇੰਡਸਟਰੀ ਕਰਕੇ ਇਕਨੋਮੀ ਨੂੰ ਸਪੋਰਟ ਮਿਲਦੀ ਹੈ ਅਤੇ ਕਿਤੇ ਨਾ ਕਿਤੇ ਅਸੀਂ ਜਲਵਾਯੂ ਨੂੰ ਭੁੱਲ ਜਾਂਦੇ ਹਾਂ ਪਰ ਜਦੋਂ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਜ਼ਿਆਦਾ ਵਿਪਤਾ ਨਜ਼ਰ ਆਉਂਦੀ ਹੈ ਫਿਰ ਅਸੀਂ ਸਮੇਲਨ ਬੁਲਾ ਲੈਂਦੇ ਹਾਂ ਜੋ ਉਹਦੇ ਵਿੱਚ ਅਸੀਂ ਬਹੁਤ ਕੁਝ ਡਿਸਾਈਡ ਕਰਨਾ ਹੁੰਦਾ ਹੈ ਤਾਂ ਪਿੱਛੇ ਜੇ ਇਹ ਵੀ ਖਬਰ ਆਈ ਸੀਗੇ ਕਿ ਜੋ ਪ੍ਰਤੀਨਿਧੀ ਨੇ ਆਪਣੇ ਪ੍ਰਾਈਵੇਟ 에ਰੋਪਲੇਨਸ ਦੇ ਵਿਚਾਰੇ ਨੇ ਪ੍ਰਾਈਵੇਟ ਜਹਾਜ਼ਾਂ ਦੇ ਵਿਚਾਰੇ ਨੇ ਤਾਂ ਉਹਦੇ ਕਰਕੇ ਵੀ ਪੋਲੂਸ਼ਨ ਹੋਏਗਾ ਸੋ ਇੱਕ ਖੁੱਲ ਮਿਲਾ ਕੇ ਗੱਲ ਇਹ ਹੈ ਕਿ ਸਾਡੀ ਸੋਚ ਕਿੱਧਰ ਜਾ ਰਹੀ ਹੈ ਇੱਕ ਪਾਸੇ ਅਸੀਂ ਜਲਵਾਯੂ ਨੂੰ ਠੀਕ ਕਰਨਾ ਚਾਹੁੰਨੇ ਹਾਂ ਹੈਲਦੀ ਬਣਾਉਣਾ ਚਾਹੁੰਦੇ ਆ ਤੇ ਦੂਸਰੇ ਪਾਸੇ ਅਸੀਂ ਆਪ ਹੀ ਅਜਿਹੇ ਕਾਰਨ ਪੈਦਾ ਕਰਦੇ ਹਾਂ ਕਿ ਜਲਵਾਯੂ ਹੈਲਦੀ ਨਾ ਰਹੇ ਪੁਆਇੰਟ ਇਹ ਹੈ ਕਿ ਐਸੀ ਇੰਡਸਟਰੀ ਐਸੇ ਕਮ ਕਿਉਂ ਕੀਤੇ ਜਾਣ ਕਿਉਂ ਸ਼ੁਰੂ ਕੀਤੇ ਜਾਣ ਜਿਹਦੇ ਨਾਲ ਜਲਵਾਯੂ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਤੇ ਬਾਅਦ ਵਿੱਚ ਫਿਰ ਉਸ ਮਾੜੇ ਪਰਬੰ ਨੂੰ ਦੂਰ ਕਰਨ ਵਾਸਤੇ ਮੀਟਿੰਗਸ ਹੋਣ ਸੰਮੇਲਨ ਹੋਣ ਫਿਰ ਉਹਦੇ ਉੱਤੇ ਵੀ ਸਾਡਾ એનર્ਜੀ ਵੀ ਲੱਗੇ ਸਾਡਾ ਪੈਸਾ ਵੀ ਲੱਗੇ ਜੀ ਪਰ ਜੇ ਕਿਤੇ ਨਾ ਕਿਤੇ ਕੁਝ ਕਾਰਨਾ ਕਰਕੇ ਯਲਵਾਜੂ ਨੂੰ ਕਿਤੇ ਨਾ ਕਿਤੇ ਕੋਈ ਠੇਸ ਪਹੁੰਚਦੀ ਹੈ ਕੋਈ ਪ੍ਰਭਾਵ ਪੈਦਾ ਹੋ ਜਾਂਦੇ ਨੇ ਉਹਨਾਂ ਤੇ ਕਿਤੇ ਨਾ ਕਿਤੇ ਸਾਨੂੰ ਬਹੁਤ ਸਾਰੀਆਂ ਜੜੀਆਂ ਹਾਨੀਆਂ ਨੇ ਉਹ ਹੁੰਦੀਆਂ ਨੇ ਪਰ ਉਸ ਦੇ ਉਹ ਸਾਰੀਆਂ ਚੀਜ਼ਾਂ ਨੂੰ ਸਮੇਟਣ ਦੇ ਵਾਸਤੇ ਸਾਨੂੰ ਜੇ ਕੋਈ ਸੰਮੇਲਨ ਹੋ ਰਿਹਾ ਉਸ ਦੇ ਵਿੱਚ ਜੇ ਰਾਸ਼ਟਰਪਤੀ ਮੌਜੂਦ ਨਹੀਂ ਹੁੰਦੇ ਫਿਰ ਤਾਂ ਬਾਈਡਨ ਸਾਹਿਬ ਦਾ ਨਰਾਜ਼ ਹੋਣਾ ਵੀ ਬਣਦਾ ਬਿਲਕੁਲ ਬਣਦਾ ਹੈ ਕਿਉਂਕਿ ਦੀ ਜ਼ਿੰਮੇਵਾਰੀ ਹੈ ਸਭ ਨੂੰ ਨਿਭਾਉਣੀ ਪਾਏਗੀ ਗੱਲ ਸੁਖਦੀਪ ਇਹ ਹੈ ਕਿ ਜੋ ਪੂਰਾ ਇਕਨੋਮਿਕ ਮਾਡਲ ਹੈ ਦੁਨੀਆ ਦਾ ਉਹਦੇ ਵਿੱਚ ਅਸੀਂ ਇੰਨਾ ਅੱਗੇ ਵੱਧ ਚੁੱਕੇ ਹਾਂ ਕਿ ਅਸੀਂ ਇੰਡਸਟਰੀ ਨੂੰ ਨਹੀਂ ਰੋਕ ਸਕਦੇ ਅਸੀਂ ਜਲਵਾਯੂ ਨੂੰ ਨੁਕਸਾਨ ਹੋਣ ਤੋਂ ਨਹੀਂ ਬਚਾ ਸਕਦੇ ਜਿਸ ਹੱਦ ਤੱਕ ਜਾ ਚੁੱਕੇ ਹਾਂ ਪਰ ਸਾਨੂੰ ਕਿਸੇ ਨਾ ਕਿਸੇ ਜਾ ਕੇ ਇੱਕ ਪੁਆਇੰਟ ਤੇ ਰੁਕਣਾ ਹੀ ਪਏਗਾ ਕਿਉਂਕਿ ਜਲਵਾਯੂ ਜੇ ਸੁਰੱਖਿਅਤ ਹੈ ਤਾਂ ਹੀ ਅਸੀਂ ਸੁਰੱਖਿਅਤ ਹਾਂ ਜੇ ਅਸੀਂ ਪਿੱਛੇ ਮੁੜਦੇ ਹਾਂ ਇਸ ਪੁਆਇੰਟ ਤੋਂ ਪਿੱਛੇ ਮੁੜਦੇ ਹਾਂ ਤਾਂ ਵੀ ਸਾਡਾ ਬਚਣਾ ਮੁਸ਼ਕਿਲ ਹੈ ਕਿਉਂਕਿ ਇਕਨੋਮੀ ਇਸ ਵਕਤ ਜਿਸ ਹਾਲਤ ਵਿੱਚ ਹੈ ਜੋ ਸਾਡਾ ਆਧਾਰ ਬਣਿਆ ਹੋਇਆ ਹੈ ਅਸੀਂ ਉਸ ਤੋਂ ਪਿੱਛੇ ਵੀ ਨਹੀਂ ਹਟ ਸਕਦੇ ਅੱਗੇ ਵਧਾਂਗੇ ਤਾਂ ਵੀ ਮੁਸੀਬਤ ਪਿੱਛੇ ਹਟਾਂਗੇ ਤਾਂ ਵੀ ਮੁਸੀਬਤ ਤਾਂ ਇਸ ਮੌਕੇ ਦੇ ਉੱਤੇ ਬੜੀ ਸਮਝਦਾਰੀ ਨਾਲ ਕੰਮ ਕਰਨਾ ਪਾਏਗਾ ਕਿ ਇਕਨੋਮੀ ਨੂੰ ਕਿੱਦਾਂ ਬਚਾਈਏ ਤੇ ਨਾਲ ਜਲਵਾਯੂ ਨੂੰ ਕਿੱਦਾਂ ਬਚਾਈਏ ਹਾਲਾਂਕਿ ਜੋ ਬਾਈਡਨ ਸਾਹਿਬ ਨੇ ਆਪਣੀ ਨਿਰਾਸ਼ ਜਿਹੜੀ ਨਿਰਾਸ਼ਾ ਹੈ ਉਹ ਪ੍ਰਗਟਾਈ ਹੈ ਪਰ ਉਸ ਤੋਂ ਪਹਿਲਾਂ ਜਿਹੜੇ ਰੋਸਟ ਰਾਸ਼ਟਰਪਤੀ ਨੇ ਉਹਨਾਂ ਨੇ ਦੱਸਿਆ ਹੈ ਆਪਣੇ ਇੱਕ ਭਾਸ਼ਣ ਦੇ ਵਿੱਚ ਦੱਸਿਆ ਹੈ ਕਿ ਉਹ ਜਿਹੜਾ ਰੀਅਲਵਾਜੂ ਨੂੰ ਲੈ ਕੇ ਬਹੁਤ ਕੁਝ ਵਧੀਆ ਕਰ ਰਹੇ ਨੇ ਪਰ ਜੇ ਵਧੀਆ ਕਰ ਰਹੇ ਨੇ ਬਾਈਡਨ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਜੇ ਵਧੀਆ ਕਰ ਰਹੇ ਨੇ ਤੇ ਅੱਜ ਸੰਮੇਲਨ ਦੇ ਵਿੱਚ ਕਿਉਂ ਮੌਜੂਦ ਨਹੀਂ ਬਿਲਕੁਲ ਉਹ ਜੰਗਲਾਤ ਦੇ ਮਹਿਕਮੇ ਬਾਰੇ ਉਹਨਾਂ ਨੇ ਗੱਲ ਕੀਤੀ ਸੀ ਕਿ ਜੰਗਲਾਂ ਨੂੰ ਕਿੱਦਾਂ ਸੰਭਾਲ ਕੇ ਰੱਖਣਾ ਹੈ ਰੂਸ ਉਹਦੇ ਵਿੱਚ ਆਪਣਾ ਖਾਸ ਯੋਗਦਾਨ ਪਾ ਰਿਹਾ ਹੈ ਜੀ ਤੇ ਨਾਲ ਦੇ ਨਾਲ ਚੀਨ ਵੱਲੋਂ ਵੀ ਕੋਸ਼ਿਸ਼ਾਂ ਜਾਰੀ ਨੇ ਪਰ ਗੱਲ ਉੱਥੇ ਹੀ ਹੁੰਦੀ ਹੈ ਕਿ ਇੱਕ ਬਾਲਟੀ ਹੈ ਉਹਨੂੰ ਟੂਟੀ ਦੇ ਥੱਲੇ ਰੱਖਿਆ ਹੋਇਆ ਭਰਨ ਵਾਸਤੇ ਪਰ ਉਹਦਾ ਤੱਲਾ ਹੈ ਨਹੀਂ ਬੇਸ ਹੈ ਨਹੀਂ ਕਿ ਬਾਲਟੀ ਕਦੀ ਨਹੀਂ ਭਰੇਗੀ ਭਰੇਗੀ ਠੀਕ ਉਸੇ ਤਰ੍ਹਾਂ ਤੁਸੀਂ ਉਹ ਪਾਲਿਸਿਜ਼ ਬਣਾਉਂਦੇ ਹੋ ਪ੍ਰੋਗਰੈਸ ਕਰਨ ਵਾਸਤੇ ਤਰੱਕੀ ਕਰਨ ਵਾਸਤੇ ਇਸ ਤਰ੍ਹਾਂ ਦੇ ਮਾਡਲਸ ਬਣਾਉਂਦੇ ਹੋ ਵਿਕਾਸ ਦੇ ਜਿਦੇ ਵਿੱਚ ਪਰਿਆਵਰਣ ਨੂੰ ਨੁਕਸਾਨ ਪਹੁੰਚਦਾ ਹੀ ਪਹੁੰਚਦੇ ਕਿਉਂਕਿ ਤੁਹਾਡੀ ਇੰਡਸਟਰੀ ਐਸੀ ਹੈ ਤੇ ਫਿਰ ਨਾਲ ਦੀ ਨਾਲ ਤੁਸੀਂ ਜਲਵਾਯੂ ਨੂੰ ਠੀਕ ਕਰਨ ਵਾਸਤੇ ਗੱਲ ਕਰਦੇ ਹੋ ਇਹ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਜੇ ਅਸੀਂ ਜਲਵਾਯੂ ਨੂੰ ਨੁਕਸਾਨ ਨਾ ਕਰੀਏ ਤਾਂ ਜਲਵਾਯੂ ਆਪਣੇ ਆਪ ਨੂੰ ਆਪ ਸੰਭਾਲ ਸਕਦਾ ਹੈ ਕੁਦਰਤ ਆਪਣੇ ਆਪ ਨੂੰ ਆਪ ਸੰਭਾਲ ਸਕਦੀ ਹੈ ਸਾਨੂੰ ਕੁਦਰਤ ਦੀ ਰਾਖੀ ਕਰਨ ਦੀ ਲੋੜ ਨਹੀਂ ਕੁਦਰਤ ਸਾਡੀ ਰਾਖੀ ਕਰਦੀ ਹੈ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਪੁਰਵਾਰਿਆ ਸਾਰਿਆਂ ਨੂੰ ਉਮੀਦ ਹੈ ਕਿ ਪਾਕਿਸਤਾਨ ਜਾ ਕੇ ਉੱਥੇ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਜਾਣ ਪਰ ਉਸ ਦੇ ਵਾਸਤੇ ਤੁਹਾਨੂੰ ਇੱਕ ਟੈਸਟ ਰਿਪੋਰਟ ਜੜੀ ਹੈ ਤੁਹਾਡੀ ਕੋਵਿਡ ਰਿਪੋਰਟ ਜੜੀ ਹੈ ਉਹ 네ਗੇਟਿਵ ਹੋਣੀ ਚਾਹੀਦੀ ਹੈ ਤੇ ਤੁਹਾਡਾ ਟੀਕਾ ਕਰਨ ਜੜਾ ਹੈ ਉਹ ਵੀ ਲਾਜ਼ਮੀ ਹੋਣਾ ਚਾਹੀਦਾ ਬਿਲਕੁਲ ਜੀ ਦੋਵੇਂ ਡੋਜ਼ ਲੱਗੀਆਂ ਹੋਣ ਉਹਦੀ ਵੀ ਰਿਪੋਰਟ ਚਾਹੀਦੀ ਹੈ ਤੁਹਾਡਾ ਵੀ ਸਰਟੀਫਿਕੇਟ ਚਾਹੀਦਾ ਹੈ ਨਾਲ 72 ਘੰਟੇ ਪਹਿਲਾਂ ਤੁਹਾਡਾ ਟੈਸਟ ਹੋਏਗਾ ਉਹਦੇ ਵਿੱਚ ਵੀ ਨੈਗੇਟਿਵ ਰਿਪੋਰਟ ਚਾਹੀਦੀ ਹੈ ਯਾਨੀ ਦੋਵੇਂ ਚੀਜ਼ਾਂ ਜ਼ਰੂਰੀ ਨੇ ਤਾਂ ਜਾ ਕੇ ਤੁਹਾਨੂੰ ਪਾਕਿਸਤਾਨ ਗਵਰਨਮੈਂਟ ਵੱਲੋਂ ਵੀਜ਼ਾ ਮਿਲੇਗਾ ਪਰਮਿਸ਼ਨ ਮਿਲੇਗੀ ਪਾਕਿਸਤਾਨ ਜਾਣ ਦੀ ਤੇ ਤੁਸੀਂ 551ਵੇਂ ਪ੍ਰਕਾਸ਼ ਉਤਸਵ ਤੇ ਜੋ ਗੁਰਦਾਨਿਕ ਪਾਸ਼ਾਦਾਸੀ ਮਨਾ ਰਹੇ ਆ ਤੁਸੀਂ ਪਾਕਿਸਤਾਨ ਜਾ ਕੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕੋਗੇ ਨਨਕਾਣਾ ਸਾਹਿਬ ਜਾ ਸਕੋਗੇ ਉੱਥੇ ਜਾ ਕੇ ਤੁਸੀਂ ਸੈਲੀਬ੍ਰੇਟ ਕਰ ਸਕੋ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਰਹਿ ਰਹੇ ਨੇ ਬਹੁਤ سارے ਲੋਕਾਂ ਨੂੰ ਟੀਕਾਕਨ ਹੋ ਚੁੱਕਾ ਹੈ ਦੋਨੇ ਡੋਜ਼ ਲੱਗ ਚੁੱਕੀਆਂ ਨੇ ਪਰ ਫਿਰ ਵੀ ਜੇ ਤੁਹਾਡੇ ਡੋਜ਼ ਨਹੀਂ ਲੱਗੀ ਤੁਹਾਡੀ ਇੱਕ ਵੀ ਡੋਜ਼ ਰਹਿੰਦੀ ਹੈ ਤਾਂ ਤੁਸੀਂ ਆਪਣੀ ਡੋਜ਼ ਲਗਵਾ ਲਓ ਤਾਂ ਕਿ ਤੁਸੀਂ ਗੁਰੂ ਧਾਮਾਂ ਦੇ ਦਰਸ਼ਨ ਕਰ ਸਕੋ ਬਿਲਕੁਲ ਜੀ ਸ਼ਰਦਾ ਦਾ ਵਿਸ਼ਾ ਹੈ ਜੀ ਤਾਂ ਇਸ ਲਈ ਇਹ ਜ਼ਰੂਰੀ ਵੀ ਹੈ ਜੋ ਗਵਰਨਮੈਂਟ ਨੇ ਨਿਰਧਾਰਿਤ ਕੀਤਾ ਹੈ ਸਾਡੇ ਸਾਰਿਆਂ ਦੀ ਬਿਹਤਰੀ ਵਾਸਤੇ ਉਸ ਨੂੰ ਜ਼ਰੂਰ ਫਾਲੋ ਕਰੋ ਤੇ ਗੁਰਨਾਨਕ ਪਾਸ਼ਾ ਅੱਗੇ ਜਾ ਕੇ ਉੱਥੇ ਅਰਦਾਸ ਕਰੋ ਉਹਨਾਂ ਦੇ ਸਥਾਨ ਤੇ ਜਾ ਕੇ ਅਰਦਾਸ ਕਰੋ ਕਿ ਸਾਰੀ ਦੁਨੀਆ ਨੂੰ ਇਸ ਮੁਸੀਬਤ ਤੋਂ ਬਚਾਉਣ ਤੇ ਸਰਬੱਤ ਦਾ ਭਲਾ ਹੋਵੇ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਹਮੇਸ਼ਾ ਹੀ ਜਿਹੜੇ ਨੇ ਉਹ ਮੁੱਦਿਆਂ ਨੂੰ ਉਠਾਉਂਦੇ ਨੇ ਮੁੱਦਿਆਂ ਨੂੰ ਉਠਾਉਂਦੇ ਵੀ ਨਹੀਂ ਤੇ ਸਿੱਧੇ ਤੌਰ ਤੇ ਹਮਲਾ ਵੀ ਬੋਲ ਦਿੰਦੇ ਨੇ ਇਸ ਵਾਰ ਫਿਰ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਉੱਤੇ ਹਮਲਾ ਬੋਲ ਦਿੱਤਾ ਹਮਲਾ ਬੋਲਦੇ ਹੋਏ ਉਹਨਾਂ ਨੇ ਦੋ ਮੁੱਦਿਆਂ ਦੀ ਗੱਲ ਕਰ ਦਿੱਤੀ ਹੈ ਇੱਕ ਤਾਂ ਡਰੱਗਸ ਦੀ ਗੱਲ ਕੀਤੀ ਹੈ ਉਹਨਾਂ ਨੇ ਤੇ ਇੱਕ ਬੇਅਦਬੀ ਦੇ ਮਾਮਲੇ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਦੋਵਾਂ ਮਾਮਲਿਆਂ ਦੇ ਉੱਤੇ ਹਜੇ ਤੱਕ ਕੋਈ ਡਿਸੀਜਨ ਨਹੀਂ ਹੋਇਆ ਕਿਉਂਕਿ ਇਹ ਦੋਵੇਂ ਬਹੁਤ ਸੰਵੇਦਨਸ਼ੀਲ ਬਹੁਤ ਸੈਂਸਿਟਿਵ ਮੁੱਦੇ ਨੇ ਉਹਨਾਂ ਨੇ ਆਪਣੇ ਹੀ ਪਾਰਟੀ ਦੇ ਉੱਤੇ ਇਹ ਸਵਾਲ ਚੁੱਕੇ ਨੇ ਹਾਲਾਂਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਫਿਰ ਵੀ ਉਹਨਾਂ ਨੇ ਜੋ ਪੰਜਾਬ ਦੇ ਸੀਐਮ ਨਚਨੀ ਸਾਹਿਬ ਦੇ ਮਨਸ਼ਾ ਦੇ ਉੱਤੇ ਵੀ ਗੱਲ ਕੀਤੀ ਹੈ ਕਿ ਉਹਨਾਂ ਦਾ ਇਰਾਦਾ ਕੀ ਹੈ ਕਰਨਾ ਕੀ ਚਾਹੁੰਦੇ ਨੇ ਇਹ ਬਿਲਕੁਲ ਕਲੀਅਰ ਨਹੀਂ ਸੋ ਇੱਕ ਤਰ੍ਹਾਂ ਦੇਖਿਆ ਜਾਵੇ ਤੇ ਆਪਣੀ ਹੀ ਪਾਰਟੀ ਦੇ ਉੱਤੇ ਉਹਨਾਂ ਨੇ ਅਟੈਕਸ ਮਾਰੇ ਨੇ ਜੀ ਤਾਂ ਕਿ ਉਹ ਉਸ ਜਵਾਬ ਨੂੰ ਲੈ ਕੇ ਆਉਣ ਜੋ ਨਾਗਰਿਕ ਚਾਹੁੰਦੇ ਨੇ ਬਿਲਕੁਲ ਜੇ ਅਸੀਂ ਗੱਲ ਕਰ ਲਈ ਨਵਜੋਤ ਸਿੰਘ ਸਿੱਧੂ ਦੀ ਮੈਨੂੰ ਲੱਗਦਾ ਉਹ ਕਿਸੇ ਤੋਂ ਨਹੀਂ ਡਰਦੇ ਇੰਜ ਲੱਗਦਾ ਹੁੰਦਾ ਜਦੋਂ ਟਵੀਟ ਕਰਦੇ ਆ ਜਾਂ ਫਿਰ ਕੋਈ ਵੀ ਆਪਣਾ ਹਮਲਾ ਬੋਲਦੇ ਆਪਣੇ ਸ਼ਬਦੀ ਹਮਲਾ ਕਰਦੇ ਆ ਸੋ ਆਪਣੀ ਪਾਰਟੀ ਨੂੰ ਵੀ ਉਸੇ ਤਰ੍ਹਾਂ ਘੇਰਦੇ ਆ ਜਿਵੇਂ ਉਹ ਦੂਸਰੀਆਂ ਪਾਰਟੀਆਂ ਨੂੰ ਘੇਰਦੇ ਨੇ ਪਰ ਇੱਕ ਸਵਾਲ ਹੁੰਦਾ ਤੇ ਵੀ ਉਠਾਇਆ ਜਾਂਦਾ ਕਿ ਜਦੋਂ ਉਹ ਖੁਦ ਪਾਵਰ ਵਿੱਚ ਸੀਗੇ ਜੀ ਉਹਨਾਂ ਨੇ ਉਹ ਕੁਝ ਕਿਉਂ ਨਹੀਂ ਕੀਤਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਉਹ ਦੂਜਿਆਂ ਨੂੰ ਨਸੀਹਤ ਦੇ ਰਹੇ ਨੇ ਦੂਜਿਆਂ ਨੂੰ ਦੱਸ ਰਹੇ ਨੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਖੁਦ ਕਿਉਂ ਨਹੀਂ ਕੀਤਾ ਇਹ ਵੀ ਉਹਨਾਂ ਉੱਤੇ ਸਵਾਲ ਕੇ ਜਾਂਦੇ ਨੇ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਨਿਊਜ਼ ਦੇ ਵਿੱਚ ਰਹਿੰਦੇ ਨੇ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਵਿੱਚ ਰਹਿੰਦੇ ਨੇ ਅਟਰੈਕਸ਼ਨ ਦਾ ਪੁਆਇੰਟ ਰਹਿੰਦੇ ਨੇ ਇਹ ਉਹਨਾਂ ਦੀ ਸਟਰੈਟਜੀ ਵੀ ਹੋ ਸਕਦੀ ਹੈ ਤੇ ਇਹ ਉਹਨਾਂ ਦੇ ਦਿਲ ਦੀ ਗੱਲ ਵੀ ਹੋ ਸਕਦੀ ਹੈ ਇਹ ਤੇ ਸਮਾਂ ਦੱਸੇਗਾ ਕਿ ਉਹ ਕਿੰਨੀ ਕਾਮਯਾਬੀ ਨਾਲ ਉਹ ਗੱਲਾਂ ਦੇ ਉੱਤੇ ਖਰਾ ਉੱਤਰ ਦੇਣੇ ਜਿਹੜੀਆਂ ਗੱਲਾਂ ਕਰਦੇ ਪਏ ਨੇ ਜਿਹੜੀ ਉਹ ਪੰਜਾਬ ਵਾਸਤੇ ਕਰਨਾ ਚਾਹੁੰਦੇ ਨੇ ਤੇ ਨਾਲ ਦੀ ਨਾਲ ਕਰਤਾਰਪੁਰ ਸਾਹਿਬ ਦਾ ਜੋ ਕੋਰੀਡੋਰ ਹੈ ਜੋ ਲੰਗਾ ਹੈ ਉਹਦੇ ਉੱਤੇ ਵੀ ਵਿਸ਼ੇਸ਼ ਟਿੱਪਣੀ ਹੋਈ ਹੈ ਬਿਲਕੁਲ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੀ ਆਸਥਾ ਦਾ ਵਿਸ਼ਾ ਹੈ ਮੈਂ ਇਹਦੇ ਵਿੱਚ ਕੋਈ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਕਿਉਂ ਕਿ ਮੈਂ ਆਪਣਾ ਕਰਮ ਕੀਤਾ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਉਹਨਾਂ ਨੇ ਮੈਨੂੰ ਮੇਰਾ ਕਰਮ ਕਰਨ ਦੀ ਸਿਲਾਇਤ ਬਖਸ਼ੀ ਤਾਕਤ ਬਖਸ਼ੀ ਬਿਲਕੁਲ ਪਰ ਉਹ ਕਹਿ ਰਹੇ ਨੇ ਕੁਝ ਲੋਕ ਕੋਰੀਡੋਰ ਦੇ ਉੱਪਰ ਜੋ ਲਾਂਗਾ ਹੈ ਉਹਦੇ ਉੱਪਰ ਸਿਆਸਤ ਵੀ ਘੜ ਰਹੇ ਨੇ ਭਾਵੇਂ ਉਹ ਕਹਿ ਰਹੇ ਨੇ ਕਿ ਮੈਂ ਆਪਣਾ ਕਰਮ ਕੀਤਾ ਹੈ ਬਹੁਤ ਸਾਰੇ ਲੋਕ ਉਸ ਚੀਜ਼ ਨੂੰ ਸਿਆਸਤ ਦੇ ਘੇਰੇ ਦੇ ਵਿੱਚ ਵੀ ਲੈ ਰਹੇ ਨੇ ਕਿ ਨਵਜੋਤ ਸਿੱਧੂ ਨੇ ਇਹ ਜੋ ਵੀ ਕੀਤਾ ਹੈ ਇਹ ਕਿਤੇ ਨਾ ਕਿਤੇ ਸਿਆਸਤੀ ਚਾਲ ਹੈ ਕੁਝ ਵੀ ਕਹਿਣਗੇ ਲੋਕਾਂ ਦਾ ਕੰਮ ਤੇ ਕਹਿਣਾ ਹੈ ਪਰ ਠੀਕ ਹੈ ਨਵਜੋਤ ਜੀ ਦੀ ਆਪਣੀ ਇੱਕ رائے ਹੈ ਉਹਨਾਂ ਨੇ ਆਪਣੀ ਸਥਿਤੀ ਬਿਲਕੁਲ ਕਲੀਅਰ ਕਰ ਦਿੱਤੀ ਹੈ ਸੋ ਇਹਦੇ ਵਿੱਚ ਉਹਨਾਂ ਦੀ ਸਲਾਹਾ ਵੀ ਬਣਦੀ ਹੈ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਪੈਂਦਾ ਹੈ ਬਿਲਕੁਲ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਆਪਣੇ ਸ਼ਬਦੀ ਹਮਲੇ ਦੇ ਵਿੱਚ ਕਿ ਚੰਨੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਤੇ ਔਰ ਬੇਅਦਬੀ ਦੇ ਮਾਮਲੇ ਨੂੰ ਕਿਤੇ ਵੀ ਅੱਗੇ ਹੋ ਕੇ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਹਾਲਾਂਕਿ ਹਾਈ ਕਮਾਂਡ ਦੇ ਨਾਲ ਉਹਨਾਂ ਨੇ ਇਹ ਦੱਸਿਆ ਕਿ ਹਾਈ ਕਮਾਂਡ ਚਾਹੁੰਦੀ ਹੈ ਕਿ ਦੋਵੇਂ ਮੁੱਦੇ ਜਿਹੜੇ ਚੁੱਕੇ ਜਾਣ ਪਰ ਚਰਨਜੀਤ ਸਿੰਘ ਚੰਨੀ ਉਹਨਾਂ ਤੇ ਨੇ ਸ਼ਬਦੀ ਹਮਲਾ ਕੀਤਾ ਕਿ ਉਹ ਕਿਉਂ ਨਹੀਂ ਇਹ ਮੁੱਦੇ ਉਠਾ ਰਿਹਾ ਜਦੋਂ ਦੀ ਆਜ਼ਾਦੀ ਮਿਲੀ ਹੈ ਸੁਖਦੀਪ ਜੀ ਉਦੋਂ ਤੋਂ ਸ਼ਬਦੀ ਹਮਲੇ ਹੀ ਚੱਲਦੇ ਪਏ ਨੇ ਹਾਂ ਦੋ ਜਨਰੇਸ਼ਨਸ ਜਾ ਚੁੱਕੀਆਂ 3 ਤੀਸਰੀ ਜਨਰੇਸ਼ਨਸ ਆ ਰਹੀ ਹੈ ਨਵੀਂ ਜਨਰੇਸ਼ਨ ਫੇਰ ਖੜੀ ਹੋ ਰਹੀ ਹੈ ਮਸਲੇ ਉੱਥੇ ਦੇ ਉੱਥੇ ਨੇ ਜੀ ਸ਼ਬਦੀ ਹਮਲੇ ਉੱਥੇ ਦੇ ਉੱਥੇ ਨੇ ਮੁੱਦੇ ਉੱਥੇ ਦੇ ਉੱਥੇ ਨੇ ਕਿਹੜੀ ਨਵੀਂ ਗੱਲ ਹੋ ਰਹੀ ਹੈ ਨਾ ਕੋਈ ਸਮੱਸਿਆ ਹੱਲ ਹੋਈ ਹੈ ਨਾ ਕੋਈ ਸਮੱਸਿਆ ਦਾ ਹੱਲ ਦਿਖਦਾ ਨਜ਼ਰ ਆ ਰਿਹਾ ਹੈ ਕਿਉਂ ਕਿਉਂਕਿ ਪਤਾ ਨਹੀਂ ਸਬਦਾ ਆਪਣਾ ਆਪਣਾ ਸਿਆਸੀ ਫਾਇਦਾ ਹੈ ਪਰ ਹਾਂ ਤਰੱਕੀ ਦੇਸ਼ ਨੇ ਜ਼ਰੂਰ ਕੀਤੀ ਹੈ ਜੀ ਸਾਇੰਸ ਦਾਨਾਂ ਨੇ ਤਰੱਕੀ ਕੀਤੀ ਹੈ ਸਪੋਰਟਸ ਨੇ ਤਰੱਕੀ ਕੀਤੀ ਹੈ ਵਕੋ ਵਕ ਮਹਿਕਮੇ ਨੇ ਤਰੱਕੀ ਕੀਤੀ ਹੈ ਲੋਕਾਂ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਤਰੱਕੀ ਦੇ ਵਾਸਤੇ ਹਰ ਤਰ੍ਹਾਂ ਦਾ ਦਿਮਾਗ ਬੈਠਾ ਹੈ ਥਿੰਕ ਟੈਂਕ ਬੈਠਾ ਹੈ ਇਸ ਭਾਰਤ ਦੇ ਵਿੱਚ ਜੋ ਦੇਸ਼ ਦੀ ਤਰੱਕੀ ਵਾਸਤੇ ਆਪਣਾ ਪੂਰਾ ਯੋਗਦਾਨ ਦੇ ਰਿਹਾ ਹੈ ਜਿਸ ਨੇ ਭਾਰਤ ਨੂੰ ਅੱਜ ਇੰਨੀ ਮਜ਼ਬੂਤ ਸਥਿਤੀ ਵਿੱਚ ਖੜਾ ਕੀਤਾ ਹੋਇਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਪਾਵਰ ਦੇ ਰੂਪ ਦੇ ਵਿੱਚ ਇੰਡੀਆ ਖੜਾ ਹੈ ਭਾਰਤ ਖੜਾ ਹੈ ਬਿਲਕੁਲ ਪਰ ਨਾਲ ਦੀ ਨਾਲ ਜਿਹੜੀਆਂ ਸਿਆਸੀ ਗੇਮਸ ਨੇ ਸਿਆਸੀ ਖੇਡਾਂ ਨੇ ਉਹ ਵੀ ਚੱਲੀ ਜਾ ਰਹੀਆਂ ਨੇ ਹੂੰ ਛੋਟੀ ਸੋਚ ਦੇ ਮਾਲਕ ਜਿਹੜੇ ਬੈਠੇ ਨੇ ਸਿਆਸਤ ਦੇ ਵਿੱਚ ਉਹਨਾਂ ਨੇ ਨਾ ਦੇਸ਼ ਦਾ ਸੋਚਣਾ ਹੈ ਨਾ ਦੇਸ਼ ਦੇ ਲੋਕਾਂ ਦਾ ਸੋਚਣਾ ਹੈ ਜਦੋਂ ਸੋਚਣਾ ਆਪਣੀ ਕੁਰਸੀ ਦਾ ਸੋਚਣਾ ਹੈ ਆਪਣੇ ਫਾਇਦੇ ਦਾ ਸੋਚਣਾ ਹੈ ਆਪਣੇ ਪਰਿਵਾਰ ਦਾ ਸੋਚਣਾ ਹੈ ਆਪਣੇ ਉਹਨਾਂ ਲੋਕਾਂ ਦਾ ਉਹਨਾਂ ਮਿੱਤਰਾਂ ਦਾ ਸੋਚਣਾ ਹੈ ਜਿਹੜੇ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਉਹਨਾਂ ਨੂੰ ਸਪਾਂਸਰ ਕਰਨ ਵਾਲੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦਾ ਸੋਚਣਾ ਹੈ ਜੀ ਜੇ ਇਹੀ ਸਿਆਸਤ ਜੜੀ ਇਹ ਲੋਕਾਂ ਦਾ ਭਲਾ ਸੋਚੇ ਭਾਵੇਂ ਆਪਣੀ ਕੁਰਸੀ ਦੀ ਖਿਆਲ ਜ਼ਰੂਰ ਕਰੇ ਕੁਰਸੀ ਦੇ ਵੱਲ ਵੀ ਖਿਆਲ ਰੱਖੇ ਪਰ ਜੇ ਲੋਕਾਂ ਦਾ ਭਲਾ ਸੋਚੇ ਲੋਕਾਂ ਦੇ ਨਾਲ ਚੰਗੇ ਵਰਤਾਰੇ ਦਾ ਭਲਾ ਸੋਚੇ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਜੜੀਆਂ ਨੇ ਉਹ ਵਧੀਆ ਹੋ ਸਕਦੀਆਂ ਪੂਰੀ ਦੁਨੀਆ 'ਚ ਇਹ ਹੀ ਹਾਲ ਹੈ ਪੂਰੀ ਦੁਨੀਆ ਵਿੱਚ ਹੀ ਸਿਆਸਤਦਾਨ ਸਿਰਫ ਆਪਣੀ ਕੁਰਸੀ ਬਾਰੇ ਸੋਚਦੇ ਨੇ ਠੀਕ ਹੈ ਕੁਰਸੀ ਸਲਾਮਤ ਰਹੇਗੀ ਤਾਂ ਹੀ ਕੰਮ ਕਰੋਗੇ ਪਰ ਕੁਰਸੀ ਦੀ ਸਲਾਮਤੀ ਵਾਸਤੇ ਜਾਂ ਕੁਰਸੀ ਹਾਸਲ ਕਰਨ ਵਾਸਤੇ ਹਮ ਸਾਰੇ ਐਥਿਕਸ ਭੁੱਲ ਜਾਓ ਉਹ عقیده ਭੁੱਲ ਜਾਓ ਉਹ ਸਾਰਾ ਵਾਤਾਵਰਣ ਭੁੱਲ ਜਾਓ ਜੋ ਦੇਸ਼ ਨੂੰ ਸੁਖਾਵਾਂ ਬਣਾਉਂਦਾ ਹੈ ਤਾਂ ਇਹ ਗੱਲਾਂ ਜੜੀਆਂ ਨੇ ਨਾ ਇੱਕ ਛੋਟੀ ਸੋਚ ਦਾ ਸੰਕੇਤ ਦਿੰਦੀਆਂ ਨੇ ਕਿ ਵੱਡੀ ਸੋਚ ਇਹ ਹੁੰਦੀ ਹੈ ਕਿ ਤੁਸੀਂ ਖੁੱਲੇ ਦਿਲ ਨਾਲ ਖੁੱਲੇ ਦਿਮਾਗ ਨਾਲ ਪੂਰੀ ਤਰ੍ਹਾਂ ਨਾਲ ਆਪਣੀ ਗੱਲ ਸਾਹਮਣੇ ਰੱਖਦੇ ਹੋ ਜਿੱਥੇ ਗਲਤੀ ਕੀਤੀ ਹੈ ਸਾਰਿਆਂ ਦੇ ਸਾਹਮਣੇ ਮੰਨਦੇ ਹੋ ਆਪਣੀ ਗਲਤੀ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਦੇਖਦੇ ਹੋ ਜੇ ਮੇਰੇ ਤੋਂ ਕਾਬਿਲ ਕੋਈ ਹੋਰ ਬੰਦਾ ਹੈ ਉਸ ਨੂੰ ਅੱਗੇ ਆਉਣ ਦਾ ਮੌਕਾ ਦਿੰਦੇ ਹੋ ਕਿਉਂਕਿ ਦੇਸ਼ ਦਾ ਸਵਾਲ ਹੈ ਨਾਗਰਿਕਾਂ ਦੇ ਜੀਵਨ ਦਾ ਸਵਾਲ ਹੈ ਸੁਨਹਿਰੇ ਭਵਿੱਖ ਦਾ ਸਵਾਲ ਹੈ ਸੋ ਇਸ ਸੰਸਾੜੀ ਅੱਜ ਦੀਆਂ ਨਿਊਜ਼ ਦੇ ਨਾਲ ਹੀ ਵੱਖ-ਵੱਖਰੇ ਵਿਊਜ਼ ਤੋਂ ਹੋਰ ਅਗਲੀ ਵਾਰ ਨਵੀਆਂ ਨਿਊਜ਼ ਦੇ ਨਾਲ ਨਵੇਂ ਵਿਊਜ਼ ਦੇ ਨਾਲ ਹਾਜ਼ਰ ਹੁੰਦੇ ਰਵਾਂਗੇ ਦਿਓ ਇਜਾਜ਼ਤ